जदों तुहानूं पता सी मैं फाइनल वेखन वास्ते खुद पधारना सी, बगैर तो तुसीं इसे दिन हारना सी। बेटा हुण अगले वर्ल्ड कप तक जेल दीआं कंधां ते आपणे कार्टून बनाओ। मोदी सर, असीं लगातार 10 मैच जीते ने, किसे नूं खंगा नहीं दित्ता। पता नहीं फाइनल देखण वास्ते किहड़ा नामुराद नैश नहुसत दा मारिया बंदा आ गया सी, जिहदे आउण नाल साडी परफॉर्मेंस नूं नज़र लग गई। ओए बल्ले नूं तां गेंदां लगदियां नहीं सी, मैनूं बड़ियां लाला गल्लां करन डिया है। बल्ले ओ तेरी बेशर्मा। मोदी साहब, ये क्रिकेट है राजनीति नहीं। क्रिकेट च बल्ला चलाउणा पैंदा है ते राजनीति च जबान, ओ भावें टके दी ना होवे। कोहली पुत्तर, बाकी प्लेयर ते चलो गंदे अंडे निकले, ते तूं की कर लिया 50 स्कोर कीते, ओ वी यई यई करके। बल्कि ओ 50 स्कोर भी तू बुड्ढी नूं खुश करन वास्ते कीते आ, तेरे जे प्लेयर दा असी अचार पाउणा। देखो मोदी सर, ना सिर्फ मेरे बंदे ने 50 स्कोर बनाया, बल्कि 50 सेंचुरियां दा आलमी रिकॉर्ड भी बनाया। ओ ते इहदे 50 स्कोर करन तों बाद मैं जरा मेकअप करन चली गई कि चलो ताज़ा मेकअप वेख के शायद सो भी कर लवे। बस अनुष्का पुत्र, उधर तेरा मेकअप होया, इधर एदा पैकअप होया। ना एदियां 50 सेंचुरियां मैं सिरे च मारनियां ने जदों फाइनल च काम नहीं आईयां। मज़ा ते तद सी ना जे पिच ते खलो के धरना देंदा कि मेरी उधरों 2 सेंचुरियां कढ के इस मैच च पा लो, ताकि वेले बैठे सानू खान नू मिल जाए। मोदी सर, मेरे कोल कोई सियासी लोटे नहीं सी जिहड़े इधरों कढ के दूजी पार्टी च पा लेंदा। मैं तो चलो ढीला जिहा ही सही, 50 ते कीता, बाकी अंब लैण आई सी। कोहली बेटा, तुसीं 3 जणे ते फड़े गए हो, बाकियां दी तलाश जारी है। जिस दिन ओह काबू आ गए, मैं 1 किलोमीटर लंबी चिता बना के पूरी टीम साड़ देनी है। सर, सिर्फ मेरे कोहली नूं छड्ड दिओ, मैं इहदे कोलों सजा दे तौर ते भांडे ही धवा लांगी, ते जे फिर भी इहने क्रिकेट ना छड्डी ते फिर मेरियां छडवीआं जुत्तियां खाएगा। भाभी, मैनूं वी छडवा ला, जे कोहली चला गया ते रात नूं लतीफे मैनूं कौन सुणाएगा। तूं ते इक फनकार है, बल्कि बड़ी फनकार है। ਤੈਨੂੰ ਛੁਡਾ ਲਾਂ, ਜੇਲ੍ਹ ਵਾਲਿਆਂ ਦੀ ਨਵੀਂ ਸਕੀਮ ਆਈ ਆ, ਇੱਕ ਨਾ ਇੱਕ ਫ੍ਰੀ। ਬੇਗਮ, ਇਹਦੀ ਸਿਫਾਰਿਸ਼ ਨਾ ਕਰੀਏ, ਸਾਰਾ ਕਿੱਤਾ ਕਰਾਇਆ ਇਹਦਾ ਹੀ ਆ। ਇਹ ਸਾਨੂੰ ਕਹਿੰਦਾ ਸੀ ਬੇਫਿਕਰ ਹੋ ਕੇ ਖੇਡੋ, ਵਰਲਡ ਕੱਪ ਵੀ ਆਪਣਾ ਤੇ ਮੁਲਕ ਵੀ ਆਪਣਾ। ਇਹੋ ਜਿਹੇ ਕਪਤਾਨ ਟੀਮ ਦੇ ਨਹੀਂ ਬੈਰੀ ਜਹਾਜ਼ ਦੇ ਹੁੰਦੇ ਨੇ, ਜਿਹੜੇ ਬੈਰੀ ਜਹਾਜ਼ ਦੇ ਨਾਲ ਹੀ ਡੁੱਬਦੇ ਨੇ। ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਨਹੀਂ ਕਿਸੇ ਨੂੰ ਛੱਡਣਾ। ਇੰਨਾ ਦੁੱਖ ਤੇ ਮੈਨੂੰ ਤੁਹਾਡੀ ਹਾਰ ਦਾ ਨਹੀਂ, ਜਿੰਨਾ ਪਾਕਿਸਤਾਨੀਆਂ ਦੀਆਂ ਖੁਸ਼ੀਆਂ ਮਨਾਉਣ ਦਾ ਹੈ। ਉਹਨਾਂ ਦੀਆਂ ਆਪਣੀ ਟੀਮ ਨੂੰ ਜਿਤਾਉਣ ਦੀਆਂ ਦੁਆਵਾਂ ਤੇ ਲੱਗਦੀਆਂ ਨਹੀਂ, ਸਾਡੇ ਹਰਨ ਦੀਆਂ ਬਦਦੁਆਵਾਂ ਜ਼ਰੂਰ ਲੱਗ ਜਾਂਦੀਆਂ ਨੇ। ਮੋਦੀ ਸਰ, ਪਲੀਜ਼ ਮੇਰੀ ਇੱਕ ਰਿਕੁਐਸਟ ਮੰਨ ਲਓ, ਇਹਨਾਂ ਨੂੰ ਇੱਕ ਮੌਕਾ ਹੋਰ ਦੇ ਦਿਓ। ਅੱਜ ਤੋਂ ਬਾਅਦ ਇਹ ਬੈਂਟੇ ਖੇਡਣਗੇ ਪਰ ਕ੍ਰਿਕਟ ਨਹੀਂ ਖੇਡਣਗੇ। ਬਦਲੇ 'ਚ ਮੈਂ ਤੁਹਾਨੂੰ ਇੱਕ ਐਟਮ ਸੌਂਗ ਕਰਕੇ ਦਿਖਾ ਦਿੰਦੀ ਹਾਂ। ਬਸੰਤੀ ਛਿਛੋਰੇ ਕੇ ਆ ਗਏ ਮਤ ਨਾਚਨਾ, ਇਹਨੇ ਪੂਰਾ ਸੌਂਗ ਵੇਖ ਕੇ 10 ਰੁਪਏ ਦੀ ਵੇਲ ਵੀ ਨਹੀਂ ਦੇਣੀ। ਤੂੰ ਫਿਕਰ ਨਾ ਕਰ, ਮੈਂ ਅੱਜ ਨਹੀਂ ਤੇ ਕੱਲ੍ਹ ਜੇਲ੍ਹ ਤੋੜ ਕੇ ਘਰ ਆ ਜਾਵਾਂਗਾ। ਬੇਟਾ, ਤੂੰ ਕ੍ਰਿਕਟ 'ਚ ਰਿਕਾਰਡ ਤੇ ਤੋੜ ਸਕਦਾ, ਪਰ ਇਹ ਜੇਲ੍ਹ ਨਹੀਂ ਤੋੜ ਸਕਦਾ। ਇਹ ਕੋਈ ਸ਼ੋਲੇ ਫਿਲਮ ਵਾਲੀ ਜੇਲ੍ਹ ਨਹੀਂ। ਤੁਮ ਲੋਗੋਂ ਕੋ ਸਜ਼ਾ ਮਿਲੇਗੀ, ਬਰਾਬਰ ਮਿਲੇਗੀ। ਤੁਮ ਕਿਆ ਸਮਝੇ, ਮੋਦੀ ਇੰਡੀਆ ਕੀ ਹਾਰ ਦੇਖ ਕੇ ਬਹੁਤ ਖੁਸ਼ ਹੁਆ। ਅੱਛਾ ਮੋਦੀ ਸਾਹਿਬ, ਮੇਰੀ ਵੀ ਇੱਕ ਦਰਖਾਸਤ ਹੈ, ਮੈਨੂੰ ਤੇ ਕੋਹਲੀ ਨੂੰ ਭਾਵੇਂ ਨਾ ਛੱਡੋ, ਐਚੂ ਹੀ ਮੂੰਹ ਭੁਮਰੇ ਨੂੰ ਤਾਂ ਛੱਡ ਦਿਓ। ਜੇ ਇੱਕ ਹਫ਼ਤਾ ਸਾਡੇ ਨਾਲ ਜੇਲ੍ਹ 'ਚ ਰਹਿ ਗਿਆ, ਇਹਨੇ ਸਾਡਾ ਖਾਣਾ ਵੀ ਖਾ ਕੇ ਸਾਨੂੰ ਭੁੱਖਿਆਂ ਮਾਰ ਦੇਣਾ। ਆਹੋ ਮੋਦੀ ਸਾਹਿਬ, ਇਹਨੂੰ ਸਾਡੇ ਮਗਰੋਂ ਲਾ ਦਿਓ, ਇੱਥੇ ਬੜਾ ਜੇਲ੍ਹ ਦੀਆਂ ਕਲੀਆਂ ਕਰਨ ਡਿਆ। ਸਰ, ਕੋਹਲੀ ਦੀ ਤੇਗੀ ਖੁਰਾਕ ਥੋੜ੍ਹੀ ਜਿੰਨੀ ਆ, ਅਤੇ ਜੋ ਵੀ ਨਾ ਮਿਲੀ ਤਾਂ ਇਹਦਾ ਮੂੰਹ ਖਾਲੀ ਕੋਹਲੀ ਵਰਗਾ ਹੋ ਜਾਣਾ। ਅਨੁਸ਼ਕਾ ਪੁੱਤਰ, ਇਹਨਾਂ ਨੂੰ ਦਫ਼ਾ ਕਰ, ਚੱਲ ਕੇ ਬਾਕੀ ਫੜੀਏ। ਮੈਨੂੰ KL ਰਾਹੁਲ ਨੇ ਮੁਖਬਰੀ ਕੀਤੀ ਹੈ ਕਿ ਗਿੱਲ ਬੁਰਕਾ ਪਾ ਕੇ ਦੁਬਈ ਫਰਾਰ ਹੋ ਰਿਹਾ। ਸਰ, ਮੈਂ ਵੀ ਇੱਕ ਸੱਚੀ ਗੱਲ ਦੱਸਾਂ। ਆਹੋ ਭੌਂਕ, ਜਦੇਜਾ ਸਾਡੇ ਵੱਲ ਲੁਕਿਆ ਜੇ। ਅੱਛਾ, ਹਾਂਜੀ, ਅਤੇ ਸ਼ਾਮੀ ਦਾ ਵੀ ਮੈਨੂੰ ਪਤਾ, ਕਿੱਥੇ ਬਹਿ ਕੇ ਬੁੱਸੇ ਸ਼ਾਮੀ ਕਬਾਬ ਖਾਂਦਾ। ਭਾਬੀ, ਸਾਨੂੰ ਉਮੀਦ ਨਹੀਂ ਸੀ ਤੂੰ ਗਿਰਗੜੋਂ ਰੰਗ ਬਦਲੇਂਗੀ। ਤੇਰੇ ਜਿਹੀਆਂ ਔਰਤਾਂ ਹੋਣੀਆਂ ਜਿਹੜੀਆਂ ਆਪਣੇ ਹੱਥੀਂ ਚਰਸਲਾ ਸਿਗੜ ਬਣਾ ਕੇ ਅਤੇ ਛਾਪਾ ਪਵਾ ਦੇਣੀਆਂ ਨੇ। ਉਹ ਬੇਗਮ, ਸਾਨੂੰ ਨਹੀਂ ਛਡਵਾਉਣਾ, ਨਾ ਛਡਾ, ਬਾਕੀ ਇਹਨੂੰ ਤਾਂ ਆਜ਼ਾਦ ਫਿਰਨ ਦੇ। ਥੋੜ੍ਹੇ ਦਿਨਾਂ ਬਾਅਦ ਸਾਰੀ ਆਵਾਮ ਨੇ ਸ਼ਿਕਸਤ ਭੁੱਲ ਜਾਣੀ ਹੈ, ਅਤੇ ਤੂੰ ਵੀ ਘਰ 'ਚ ਬੱਚੇ ਰੋਂਦੇ ਛੱਡ ਕੇ ਮੇਰਾ ਮੈਚ ਵੇਖਣ ਆ ਜਾਣਾ। ਮੋਦੀ ਸਰ, ਚਲੋ ਅਸੀਂ ਤਾਂ ਮੁਲਕ ਦੀ ਬੇਇੱਜ਼ਤੀ ਕਰਾਈਏ, ਤਾਂ ਤੁਸੀਂ ਵੀ ਕਿਹੜਾ ਘੱਟ ਕਰਾਈਏ। ਆਸਟ੍ਰੇਲੀਆ ਦੇ ਕਪਤਾਨ ਨੂੰ ਵਰਲਡ ਕੱਪ ਦੇਣੇ ਆ, ਤੁਹਾਨੂੰ ਮੌਤ ਕਿਉਂ ਪੈ ਗਈ ਸੀ? ਬੇਟਾ, 8 ਘੰਟੇ ਵੜ ਕੇ ਰਜ਼ਾਈ ਗਰਮ ਕੀਤੀ ਹੋਵੇ ਤੇ ਕੋਈ ਹੋਰ ਲੈ ਜਾਏ, ਫਿਰ ਦੁੱਖ ਤੇ ਲੱਗਦਾ ਹੀ ਹੈ ਨਾ। ਤੁਸੀਂ ਸਾਰਿਆਂ ਨੇ ਰਲ ਕੇ ਜਨਤਾ ਦਾ ਵਿਸ਼ਵਾਸਘਾਤ ਕੀਤਾ ਤੇ ਉਹਨਾਂ ਦੀਆਂ ਉਮੀਦਾਂ ਤੇ ਪੋਚਾ ਫੇਰਿਆ ਹੈ। ਮੈਂ ਆਪਣੇ ਦੇਸ਼ ਦੀ ਵਫ਼ਾਦਾਰ ਹਾਂ, ਤੇ ਜੇ ਮੈਂ ਇਹ ਬਿਆਨ ਨਾ ਦਿੰਦੀ ਤੇ ਮੈਨੂੰ ਅਗਲੀ ਫਿਲਮ ਕਿਹਨੇ ਦੇਣੀ ਸੀ? ਬੇਗਮ, ਤੇਰੀਆਂ ਗੱਲਾਂ ਤੋਂ ਲੱਗਦਾ ਹੈ ਕਿ ਸਾਡਾ ਰਿਸ਼ਤਾ ਤੋਂ ਵੜ ਗਿਆ।